ਪੰਜਾਬ ਅੰਦਰ ਚਾਈਨਾ ਡੋਰ ਨਾਲ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਹੁਣ ਪੁਲਿਸ ਨੇ ਸਖ਼ਤ ਰੁਖ ਅਪਣਾ ਲਿਆ। ਤੁਹਾਨੂੰ ਦੱਸ ਦਈਏ ਕਿ ਚਾਈਨਾ ਡੋਰ ਵੇਚਣ ਵਾਲਿਆਂ ਦੇ ਉੱਤੇ ਇਰਾਦਾ ਕਤਲ ਦੀ ਧਾਰਾ ਭਾਵ ਕਿ 307 ਦੇ ਅਧੀਨ ਮੁਕੱਦਮੇ ਦਰਜ ਹੋਣ ਲੱਗੇ ਨੇ। ਇਸ ਦੀ ਸ਼ੁਰੂਆਤ ਹੈ ਜਿਹੜੀ ਉਹ ਖੰਨਾ ਪੁਲਿਸ ਦੇ ਵੱਲੋਂ ਦੀ ਕੀਤੀ ਗਈ ਹੈ। ਚਾਈਨਾ ਡੋਰ ਸਮੇਤ ਫੜੇ ਗਏ ਦੋ ਨੌਜਵਾਨਾਂ ਦੇ ਖਿਲਾਫ਼ 307 ਦਾ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ। SHO ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ 4 ਨੌਜਵਾਨਾਂ ਦੇ ਖਿਲਾਫ਼ ਇਹ ਜਿਹੜਾ ਮਾਮਲਾ ਦਰਜ ਕੀਤਾ ਸੀ। 2 ਗ੍ਰਿਫ਼ਤਾਰ ਹੋ ਗਏ ਨੇ, 2 ਭੱਜਣ 'ਚ ਹੈਗੇ ਨੇ ਜਿਹੜੇ ਉਹ ਕਾਮਯਾਬ ਹੋ ਗਏ ਨੇ ਅਤੇ 65 ਜਿਹੜੇ ਗੱਟੂ ਨੇ ਚਾਈਨਾ ਡੋਰ ਦੇ ਉਹ ਬਰਾਮਦ ਹੋਏ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਚਾਈਨਾ ਡੋਰ ਦੇ ਨਾਲ ਜ਼ਖਮੀ ਹੋਏ ਇੱਕ ਵਿਅਕਤੀ ਦੇ ਵੱਲੋਂ ਦੀ ਸ਼ਿਕਾਇਤ ਕੀਤੀ ਗਈ ਸੀ। ਉਸੇ ਦੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ 'ਤੇ ਇਹ ਕਾਰਵਾਈ ਹੋਈ ਆ। 17 ਟਾਂਕੇ ਨੇ ਜੋ ਕਿ ਇਸ ਵਿਅਕਤੀ ਦੇ ਚਿਹਰੇ ਦੇ ਉੱਤੇ ਲੱਗੇ ਨੇ, ਜਿਸ ਦੇ ਨਾਲ ਕਿ ਇਹਦਾ ਚਿਹਰਾ ਬੁਰੀ ਤਰ੍ਹਾਂ ਦੇ ਨਾਲ ਵੱਢਿਆ ਗਿਆ। ਪਰ ਹੁਣ ਨਾਲ ਹੀ ਪੁਲਿਸ ਵੱਲੋਂ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਚਾਈਨਾ ਡੋਰ ਦਾ ਵਪਾਰ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ। ਸਾਡੇ ਕੋਲ ਇੱਕ 8 ਨੰਬਰ FIR ਲੌਜ ਹੋਈ ਸੀ। ਇਹਨਾਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਡੋਰ ਬਰਾਮਦ ਹੋਈ ਸੀ। ਅਮਿਤ ਅਤੇ ਇਹਦੇ 'ਚ ਨੀਰਜ ਕੁਮਾਰ ਹੈ, ਉਹਨਾਂ ਤੋਂ ਅਸੀਂ ਚਾਈਨਾ ਡੋਰ ਬਰਾਮਦ ਕੀਤੀ ਸੀ ਅਤੇ ਇਹਦੀ ਕੰਟੀਨਿਊਸ ਦੇ ਵਿੱਚ ਹੀ ਅਸੀਂ 307 ਦਾ ਵਾਧਾ ਕੀਤਾ ਜੁਰਮ ਦਾ, ਕਿਉਂਕਿ ਹਰਬੰਸ ਲਾਲ ਜਿਹੜਾ ਪ੍ਰਾਈਵੇਟ ਹੋਸਪਿਟਲ 'ਚ ਐਡਮਿਟ ਸੀਗਾ ਉਹਦੇ ਗੱਲ ਦੇ ਉੱਤੇ 17 ਟਾਂਕੇ ਲੱਗੇ ਹੋਏ ਨੇ ਅਤੇ ਅਸੀਂ ਵਾਰ ਵਾਰ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾਂਦੀ ਆ। ਅਸੀਂ ਆਪਣੇ ਮਾਈਕ 'ਤੇ ਵੀ ਕਿਹਾ, ਵੈਸੇ ਵੀ ਅਸੀਂ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਵੀ ਇਹਦੇ ਨਾਲ ਜਿਹੜੀ ਪਲਾਸਟਿਕ ਜਾਂ ਚਾਈਨਾ ਡੋਰ ਆ ਇਹਨੂੰ ਨਾ ਯੂਜ਼ ਕੀਤਾ, ਬੱਚਿਆਂ ਨੂੰ ਰੋਕਿਆ ਜਾਵੇ। ਦੁਕਾਨਾਂ ਨੂੰ ਵੀ ਅਸੀਂ ਚੈੱਕ ਕਰਦੇ ਹਾਂ, ਉਹਨਾਂ ਨੂੰ ਵੀ ਅਸੀਂ ਵਾਰਨ ਕੀਤਾ ਵੀ ਇਹ ਨਾ ਦਿੱਤਾ ਜਾਵੇ ਅਤੇ ਇਹਦੇ ਨਾਲ ਨਾ ਸਿਰਫ ਜਾਨੀ ਨੁਕਸਾਨ ਹੁੰਦਾ ਲੋਕਾਂ ਦਾ, ਜਨਤਾ ਦਾ, ਬਲਕਿ ਜਿਹੜਾ ਪਰਿਆਵਰਨ ਹੈ ਇਹਨੂੰ ਵੀ ਖਤਰਾ, ਕਿਉਂਕਿ ਜਿਹੜੇ ਸਾਡੇ ਪੰਛੀ ਨੇ ਕਬੂਤਰ, ਤੋਤੇ, ਦੂਜੇ ਪੰਛੀ ਨੇ ਉਹ ਵੀ ਇਹਦੀ ਚਪੇਟ 'ਚ ਆ ਜਾਂਦੇ ਨੇ ਅਕਸਰ ਅਤੇ ਇਹ ਜਿਹੜੇ ਲੋਕ ਜਦੋਂ ਇਹ ਪਤੰਗ ਕੱਟਦੀ ਹੈ ਜਾਂ ਡੋਰ ਜਾਂਦੀ ਹੈ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਤਾਂ ਉਹਦੇ ਨਾਲ ਜਦੋਂ ਕੋਈ ਮੋਟਰਸਾਈਕਲਿਸਟ ਹੈ ਜਾਂ ਤੁਰਨ ਫਿਰਨ ਵਾਲਾ ਬੰਦਾ ਉਹਨੂੰ ਉਲਝ ਜਾਂਦਾ ਤਾਂ ਉਹਦੀ ਜਾਨ ਨੂੰ ਖਤਰਾ ਹੋ ਜਾਂਦਾ ਅਤੇ ਇਸ ਕਰਕੇ ਇਹਦੇ 'ਚ ਜਿਹੜਾ ਉਹਦਾ ਸਟੇਟਮੈਂਟ ਆਇਆ ਹਰਬੰਸ ਲਾਲ ਦਾ ਔਨ ਦੈਟ ਬੇਸਿਸ ਇਹਦੇ 307 ਦਾ ਵਾਧਾ ਕੀਤਾ ਗਿਆ ਅਤੇ ਅੱਜ ਪੇਸ਼ ਕੀਤੇ ਗਏ ਸੀ ਕੋਰਟ ਦੇ ਵਿੱਚ ਅਤੇ ਕੋਰਟ ਨੇ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਤਾਂ ਕਿ ਅੱਗੇ ਅਸੀਂ ਫਰਦਰ ਪਤਾ ਕਰੀਏ ਵੀ ਕਿਹਦੇ ਕਿਹਦੇ ਕੋਲ ਵਿਖੀ ਆ ਡੋਰ। ਇਹਦੇ 'ਚ ਅਜੇ ਤਾਂ ਸਾਡੇ ਇਸ FIR 'ਚ ਤਾਂ 4 ਬੰਦੇ ਸਾਹਮਣੇ ਆਏ ਨੇ। ਇਸ ਤੋਂ ਪਹਿਲਾਂ ਵੀ ਅਸੀਂ 13 ਗੱਟੂ ਫੜੇ ਸੀਗੇ, ਉਹ ਅਸੀਂ ਅਲੱਗ ਕੇਸ ਰਜਿਸਟਰਡ ਕੀਤਾ ਸੀਗਾ ਅਤੇ ਇਹਦੇ 'ਚ ਹੋਰ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ। ਜਿਵੇਂ ਜਿਵੇਂ ਸਾਡਾ ਅੱਗੇ ਪਤਾ ਲੱਗੂਗਾ ਅਸੀਂ ਬਿਲਕੁਲ ਅਸੀਂ ਲੋਕਾਂ ਨੂੰ ਵੈਸੇ ਵਾਰਨ ਵੀ ਕਰਦੇ ਹਾਂ ਵੀ ਇਹ ਜਿਹੜੀ ਪਲਾਸਟਿਕ ਡੋਰ ਆ ਇਹਨੂੰ ਨਾ ਇਸਤੇਮਾਲ ਕਰਨ, ਨਾ ਵੇਚਣ, ਨਾ ਇਹਨੂੰ ਇਹਦੇ ਨਾਲ ਪਤੰਗ ਚੜਾਉਣ, ਕਿਉਂਕਿ ਇਹ ਬਿਲਕੁਲ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਵਾਲਾ ਕੰਮ ਹੈ। ਜਿਸ ਤਰ੍ਹਾਂ ਸਰ 307 ਲਾਈ ਗਈ ਹੈ, ਜੇਕਰ ਇਨ ਕੇਸ ਮੇਜਰ ਇੰਜਰੀ ਹੁੰਦੀ ਹੈ ਜਾਂ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਕਿਸ ਤਰ੍ਹਾਂ ਦੀ ਧਾਰਾ ਲੱਗੂਗੀ? ਦੇਖੋ ਉਹਦੇ 'ਚ ਸਰਕਮਸਟਾਂਸਿਸ 'ਤੇ ਡਿਪੈਂਡ ਕਰਦਾ, ਜਿਹੋ ਜਿਹੇ ਵੀ ਹੋਣਗੇ ਅਸੀਂ ਬਿਲਕੁਲ ਜਿਹੜੀ ਆਪਣੇ ਸਾਡੇ ਲੋਇਰਸ ਨੇ, ਸਰਕਾਰੀ ਵਕੀਲ ਵੀ ਹੁੰਦੇ ਨੇ, ਸੀਨੀਅਰ ਅਫਸਰਸ ਨੇ, ਅਸੀਂ ਉਹਨਾਂ ਨਾਲ ਗੱਲ ਕਰੇ, ਹਾਲਾਤ ਮੁਤਾਬਕ ਜੋ ਵੀ ਅਪਰੋਪਰੀਏਟ ਐਕਸ਼ਨ ਹੋਊਗਾ ਇਹ ਬਿਲਕੁਲ ਲਿਆ ਜਾਊਗਾ। ਇਹਦੇ 'ਚ ਕੋਈ ਬਿਲਕੁਲ ਨਰਮਾਈ ਵਾਲੀ ਗੱਲ ਨਹੀਂ ਹੈਗੀ ਕੋਈ ਵੀ। ਇਹ ਨਹੀਂ ਹੈਗਾ ਵੀ ਕੋਈ ਵੀ ਕਿਸੇ ਦੀ ਜਾਨ ਨਾਲ ਖੇਡੇਗਾ ਤਾਂ ਉਸਨੂੰ ਉਹ ਚੀਜ਼ ਫੇਸ ਕਰਨੀ ਪਏਗੀ। ਸਰ ਜਿਹੜੇ ਬੱਚੇ ਪਤੰਗ ਉਡਾਉਂਦੇ ਆ ਪਲਾਸਟਿਕ ਡੋਰ ਨਾਲ ਅਤੇ ਉਹਨਾਂ ਦੀ ਫੈਮਿਲੀ ਨੂੰ ਕੀ ਮੈਸੇਜ? ਅਸੀਂ ਉਹਨਾਂ ਦੇ ਪੇਰੈਂਟਸ ਨੂੰ ਇਹ ਹੀ ਸੁਨੇਹਾ ਦੇਣਾ ਚਾਹਾਂਗੇ ਵੀ ਬਿਲਕੁਲ ਬੱਚਿਆਂ ਨੂੰ ਰੋਕੋ, ਆਪਣਿਆਂ ਨੂੰ ਉਹਨਾਂ ਨੂੰ ਪ੍ਰੋਤਸਾਹਨ ਨਾ ਦਿਓ ਅਤੇ ਉਹ ਇਸ ਚੀਜ਼ ਨੂੰ ਰੋਕਣ, ਤਾਂ ਕਿ ਅਸੀਂ ਆਪਾਂ ਲੋਕਾਂ ਦੀ ਅਤੇ ਪਸ਼ੂ ਪੰਛੀਆਂ ਦੀ ਜਾਨ ਨੂੰ ਖਤਰੇ 'ਚ ਨਾ ਪਾਈਏ। ਤੁਸੀਂ ਦੇਖੇ ਹੋਣਾ ਵੀ ਡੋਰ ਅਕਸਰ ਕਈ ਵਾਰੀ ਜਿਹੜੀ ਟੁੱਟ ਜਾਂਦੀ ਆ ਜਾਂ ਗਿਰ ਜਾਂਦੀ ਆ, ਲੋਕਾਂ ਦੇ ਪੈਰਾਂ ਪੁਰਾਂ 'ਚੋਂ ਵੀ ਫਸ ਜਾਂਦੀ ਆ। ਪ੍ਰੀਵੀਅਸਲੀ ਵੀ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਕਿਉਂਕਿ ਪਿਛਲੇ ਕਈ ਸਾਲਾਂ ਤੋਂ 4-5-7 ਸਾਲਾਂ ਤੋਂ ਇਹਦਾ ਰੁਝਾਨ ਵਧਿਆ ਹੈ ਪਲਾਸਟਿਕ ਡੋਰ ਦਾ ਅਤੇ ਬਾਅਦ ਦੇ ਵਿੱਚ ਜਦੋਂ ਬਸੰਤ ਲੰਘ ਜਾਂਦੀ ਆ ਉਦੋਂ ਵੀ ਸਾਨੂੰ ਕਾਫੀ ਜ਼ਿਆਦਾ ਇਹਨੂੰ ਕਰਨਾ ਪੈਂਦਾ। ਅਸੀਂ ਸਿਰ ਗਸ਼ਤ ਵੀ ਲਾਉਂਦੇ ਹਾਂ, ਸਪੈਸੀਫਿਕ ਅਸੀਂ ਗਸ਼ਤ ਲਾਉਂਦੇ ਹਾਂ ਆਪਣੇ ਮੁਲਾਜ਼ਮਾਂ ਦੀ ਵੀ ਜਾ ਕੇ ਸੜਕਾਂ ਦੇ ਉੱਤੇ, ਗਲੀਆਂ ਦੇ ਵਿੱਚ ਉਹ ਡੋਰ ਜਿੱਥੇ ਵੀ ਲਟਕਦੀ ਆ ਅਸੀਂ ਉਹਨੂੰ ਕਰਦੇ ਹਾਂ ਪਰਾਂ, ਅਤੇ ਤਾਂ ਕਿ ਲੋਕਾਂ ਦੀ ਜਾਨ ਨੂੰ ਕੋਈ ਖਤਰਾ ਨਾ ਪੈ ਜਾਵੇ।